ਸੋ ਗਾਈਸ ਹੁਣ ਆਪਾਂ ਚੱਲੇ ਹਾਂ ਇਹਨੂੰ ਇਗਨੋਰ ਕਰਿਓ ਸੋ ਗਾਈਸ ਹੁਣ ਆਪਾਂ ਚੱਲੇ ਹਾਂ ਸਟ੍ਰੋਬੇਰੀ ਦੀ ਕਟਿੰਗ ਕਰਾਂ ਅਤੇ ਅੱਜ ਮੈਂ ਸੋਚਿਆ ਵਲੋਗ ਬਣਾਈਏ ਬੜੇ ਟਾਈਮ ਤੋਂ ਸੋਚ ਰਿਹਾ ਸੀ ਵਲੋਗ ਬਣਾਉਣ ਦਾ ਬਟ ਟਾਈਮ ਮਿਲ ਨਹੀਂ ਰਿਹਾ ਸੀ ਕੁਛ ਟਾਈਮ ਨਹੀਂ ਮਿਲ ਰਿਹਾ ਸੀ ਕੁਛ ਐਵੇਂ ਦਾ ਅਪੋਰਚੁਨਿਟੀ ਨਹੀਂ ਮਿਲ ਰਹੀ ਸੀ ਅੱਜ ਮੈਂ ਫ੍ਰੀ ਸੀ ਮਤਲਬ ਚਲੋ ਯਾਰ ਵਲੋਗ ਬਣਾਈਏ ਸਟਾਪ ਚੱਲੀਏ ਆ ਜਾਓ ਸੋ ਗਾਈਸ ਫਿਲਹਾਲ ਆਪਾਂ ਜਾ ਰਹੇ ਹਾਂ ਸਟਾਪ ਇੱਧਰ ਦੇਖੋ ਧੁੱਪ ਬੜੀ ਯਾਰ ਅੱਜ ਬਾਹਰ ਲਿਫਟ ਅਪ ਨਹੀਂ ਆ ਚੁੱਕੀ ਹੈ 6-7 ਫਲੋਰ ਤੇ ਸਟਾਪ ਕਿੱਥੇ ਚੱਲੇ ਆਪਾਂ ਅੱਜ ਸਟਾਪ ਇੱਧਰ ਦੇਖੋ ਆਪਣੀ ਗੱਡੀ ਦਾ ਪਤਾ ਉੱਧਰ ਹੀ ਜਾਂਦੀ ਹੈ ਉਹ ਸਾਹਮਣੇ ਖਲੋਤੀ ਹੈ ਆਪਣੀ ਗੱਡੀ ਕਿ ਬਸ ਸ਼ੀਸ਼ਾ ਡਾਊਨ ਕਰ ਦਿਓ ਚਲੋ ਸਟੋਪ ਬਸ ਇਹਨੂੰ ਆਹੀ ਕਰੇਜ਼ ਰਹਿੰਦਾ ਕਿ ਸ਼ੀਸ਼ਾ ਡਾਊਨ ਕਰ ਦਿਓ ਅਤੇ ਮੈਂ ਬਾਹਰ ਦੇਖਦੀ ਰਹਾਂ ਸਿੱਧਾ ਦੇਖਦੀ ਰਹਿੰਦੀ ਹਾਂ ਸਟੋਵ ਏਸੀ ਲਾਏ ਦਾ ਕੀ ਫਾਇਦਾ ਹੋਇਆ ਯਾਰ ਸ਼ੀਸ਼ਾ ਦੁੱਧ ਖਲਵਾ ਕੇ ਰੱਖਣਾ ਮੈਨੂੰ ਇੰਟਰੈਕਸ਼ਨ ਕਰੀ ਜਾਣੀ ਹੈ ਇੱਧਰ ਦੇਖੋ ਸਟੋਵ ਕੀ ਬਣੇ ਰਹੇ ਹੋ ਵਲੋਗ ਚ ਅੱਗੇ ਜਾ ਕੇ ਤੁਹਾਨੂੰ ਹੋਰ ਦਿਖਾਉਂਦੇ ਆ ਇਹਦੀ ਮਸਤੀਆਂ ਇੱਧਰ ਵੀ ਸਾਡੇ ਨਾਲ ਗੱਲ ਕਰ ਲਓ ਹੈਲੋ ਮੈਡਮ ਇਹ ਰਹੀ ਆਪਣੀ ਸਟ੍ਰਾਬੇਰੀ ਦੇਖ ਲਾਉਣ ਸਾਰੀ ਗੱਡੀ ਛੱਡ ਕੇ ਤੇ ਆਹ ਮੇਰੀ ਗੋਦੀ ਜਾ ਕੇ ਬੈਠੀ ਹੈ ਕੀ ਕਰਾਂ ਮੈਂ